हाँ जी दोस्तों, स्वागत है साडे चैनल ते। इस वेले दी वड्डी खबर जलंधर जिमनी चोणां नूं लैके हुण इक वीडियो बहुत ही तेजी नाल वायरल हो रही है। तुहानूं दस दईए कि जिथे इक पासे आम आदमी पार्टी दे उम्मीदवार सुशील कुमार रिंकू दी जित लई आम आदमी पार्टी दे दो वड्डे चेहरे दो मुख्यमंत्री जलंधर विच लगातार रोड शो कर रहे ने, उत्थे ही हुण दूजे पासे सुशील कुमार रिंकू दी इक वीडियो बहुत ही तेजी नाल वायरल हो रही है, जिस विच सुशील कुमार रिंकू ने सिद्धू मूसेवाले दे हक विच बोलदे होए कहा कि सिद्धू मूसेवाले दे कतल दी जिम्मेवारी सरकार ਨੂੰ ਲੈਣੀ ਚਾਹੀਦੀ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਤੁਰੰਤ ਗ੍ਰਹਿ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਸੋ ਤੁਸੀਂ ਵੀ ਦੇਖੋ ਇਹ ਵੀਡੀਓ। ਸਿੱਧੂ ਮੂਸੇਵਾਲਾ ਸਾਡਾ ਇੱਕ ਹੋਣਹਾਰ ਕਲਾਕਾਰ, ਸਾਡਾ ਹੋਣਹਾਰ ਸਾਥੀ, ਜਿਹਦਾ ਇੱਕ ਸਿਆਸੀ ਕਤਲ ਹੋਇਆ, ਰਾਜਨੀਤਿਕ ਕਤਲ ਹੋਇਆ। ਮੈਂ ਸਮਝਦਾ ਕਿ ਇਹਦੇ ਪਿੱਛੇ ਜਿਹੜੀ ਦੋਸ਼ੀ ਹੈ ਉਹ ਪੂਰੀ ਸਰਕਾਰ ਹੈ, ਔਰ ਬਤੌਰ ਗ੍ਰਹਿ ਮੰਤਰੀ ਭਗਵੰਤ ਮਾਨ ਜੀ ਨੂੰ ਜਿਹੜਾ ਇਸ ਕਤਲ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਔਰ ਆਪਣਾ ਅਸਤੀਫਾ ਹੈ ਜਿਹੜਾ ਉਹ ਦੇਣਾ ਚਾਹੀਦਾ। ਸੋ ਤੁਹਾਡੇ ਇਸ ਬਿਆਨ ਬਾਰੇ ਕੀ ਵਿਚਾਰ ਨੇ ਆਪਣੀ ਰਾਏ ਕਮੈਂਟਾਂ ਵਿੱਚ ਜ਼ਰੂਰ ਦਿਓ। ਹਰ ਇੱਕ ਨਵੀਂ ਖਬਰ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ।